सरकार दे इस फैसले तो पंजाब दे लोग नहीं हुए खुश। पंजाब सरकार दे नवे फैसले अनुसार पंजाब दे सारे सेवा केंद्रों में छुट्टी वाले दिन खोलन दा हुक्म कर दिता गया है। जदों सेवा केंद्र विच बैठे लोगों नाल गलबात कीती गई तां उन्होंने दस्सिया कि छुट्टी वाले दिन ना ही पटवारी दी रिपोर्ट हुंदी है ते ना ही कार साधक अफसर दी रिपोर्ट हुंदी है। इस तों बाद सेवा केंद्र दे मुलाजमां नाल गलबात कीती गई तां उन्होंने दस्सिया कि पंजाब दे लोगों नूं उदों फायदा होवेगा जदों सेवा केंद्र नाल संबंधित दफ्तर भी खोले जाण। हुण असीं गलबात करांगे सेवा केंद्र विच बैठे लोगों ते मुलाजमां नाल। और खबरां देखने लई इस चैनल नूं लाइक सबसक्राइब ते शेयर करो ताकि तुहाडे तक नवीं नवीं खबरां पहुंचाईयां जा सकन। रिपोर्टिंग दिलदार हुसैन मलेरकोटला। जी मेरा नाम हरप्रीत सिंह जी, मैं सेवा केंद्र इंचार्ज हाँ। सेवा केंद्र ये अपना जी रायकोट रोड मलेरकोटला। हाँ जी हाँ जी हाँ जी, ये मुश्किल ही है जी। मतलब जिम्मे के छुट्टी आले दिन सेवा केंद्र खुला रहा, ਉਹਦੇ ਨਾਲ ਮਤਲਬ ਜਿਹੜੇ ਲੋਕ ਉਰੇ ਆਉਂਦੇ ਆ ਕੋਈ ਫਾਈਲ ਅਪਲਾਈ ਕਰਨ ਵਾਸਤੇ, ਸਾਡੇ ਕੋਲ ਮੰਨ ਲਓ ਫਾਈਲ ਅਪਲਾਈ ਹੋ ਗਈ, ਪਰ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਹੁੰਦੀ ਆ, ਉਹ ਛੁੱਟੀ ਹੋਣ ਦੇ ਕਰਕੇ ਜਿਹੜੀ ਸਾਡੇ ਕੋਲੋਂ ਫਾਈਲ ਅਪਲਾਈ ਹੁੰਦੀ ਆ ਉਹ ਜਿਹੜੀ ਆ ਡਿਪਾਰਟਮੈਂਟਾਂ ਦੀ ਕਲੈਂਸੀ ਵੱਧਦੀ ਆ। ਜਾਂ ਤਾਂ ਐਂ ਹੋਵੇ ਵੀ ਜਿਹੜੇ ਸਰਕਾਰੀ ਦਫ਼ਤਰ ਨੇ ਉਹ ਵੀ ਖੁੱਲ੍ਹੇ ਹੋਣ, ਇੱਧਰੋਂ ਫਾਈਲ ਪ੍ਰੋਸੈਸ ਹੋ ਗਈ, ਅੱਗੇ ਉਹ 'ਤੇ ਮੰਨ ਲਓ ਜਿਹੜੀ ਆ ਕਾਰਵਾਈ ਵੀ ਹੋਵੇ, ਫਿਰ ਉੱਧਰ ਜੇ ਕੀ ਆ ਕੰਮ ਇਕੱਠਾ ਹੋ ਜਾਂਦਾ। ਹੁਣ ਛੁੱਟੀਆਂ ਆਹ ਹੀ ਹਫ਼ਤੇ 'ਚ ਲਾ ਲਓ, ਚਾਰ ਛੁੱਟੀਆਂ ਆ ਗਈਆਂ ਜੀ, ਚਾਰ ਛੁੱਟੀਆਂ ਆਉਣ ਕਰਕੇ ਉਰੇ ਜਿਹੜੀਆਂ ਫਾਈਲਾਂ ਅਪਲਾਈ ਹੋਈ ਜਾਂਦੀਆਂ ਨੇ ਉਹ ਡਿਪਾਰਟਮੈਂਟ ਦੀ ਪੈਨੈਸੀ ਵੱਧ ਰਹੀ ਆ, ਉਹ ਫਿਰ ਕੀ ਹੁੰਦਾ ਸਾਡੇ ਵੱਲੋਂ ਪ੍ਰੋਪਰ ਹੋ ਰਿਹਾ ਜੀ। ਹਾਂਜੀ ਉਹ ਮਤਲਬ ਜਿਹੜਾ ਫਿਰ ਪੈਨੈਸੀ ਜ਼ਿਆਦਾ ਹੋਣ ਕਰਕੇ ਇੱਕ ਤਾਂ ਉੱਧਰੋਂ ਜਿਹੜੀਆਂ ਐਪਲੀਕੇਸ਼ਨਾਂ ਨੇ ਪੂਰੇ ਟਾਈਮ 'ਤੇ ਡਿਲੀਵਰ ਨਹੀਂ ਹੋ ਪਾਉਂਦੀਆਂ, ਜਿਹਦੇ ਨਾਲ ਕੀ ਆ ਲੋਕਾਂ ਨੂੰ ਮੁਸ਼ਕਿਲ ਹੁੰਦੀ ਆ ਜੀ। ਡਿਊਟੀ ਸਾਡੀ ਹੁਣ ਜਿਹੜੀ ਮਾਨ ਸਰਕਾਰ ਨੇ ਜੀ ਨਵੇਂ ਹੁਕਮ ਕੀਤੇ ਨੇ, ਸਾਡੀ ਜਿਹੜੀ ਆ 8 ਤੋਂ 6 ਵਜੇ ਤੱਕ ਵੀ ਕਰਤੀ ਆ ਜੀ। ਇਹਦੇ ਵਿੱਚ ਕੀ ਆ ਸੰਡੇ ਵੀ ਓਪਨ ਕਰਤਾ ਜੀ। ਇਹਦੇ ਹੁਣ ਤੁਸੀਂ ਐਂ ਲਾ ਲਓ 8,000 ਸਾਡੀ ਤਨਖਾਹ ਜੀ, ਅਤੇ ਕੰਮ ਨੂੰ ਕਹਿੰਦੇ ਵੀ 7 ਦਿਨ ਜਿਹੜੇ ਸੇਵਾ ਕੇਂਦਰ ਖੁੱਲ੍ਹੇ ਰਹਿਣਗੇ। ਇੱਕ ਪਾਸੇ ਸਰਕਾਰੀ ਦਫ਼ਤਰਾਂ 'ਚ ਤੁਸੀਂ ਲਾ ਲਓ 60-70 ਹਜ਼ਾਰ ਤਨਖਾਹ ਜੀ। ਜੇ ਸਰਕਾਰ ਦੇਖਣਾ ਹੀ ਚਾਹੁੰਦੀ ਆ ਵੀ ਕੰਮ ਨੂੰ ਪ੍ਰੋਪਰ ਢੰਗ ਨਾਲ ਚਲਾਉਣਾ, ਤਾਂ ਜਿਹੜਾ ਉੱਧਰ ਸਰਕਾਰੀ ਦਫ਼ਤਰਾਂ ਕੰਨੀ ਗੌਰ ਕਰਨ ਦੀ ਲੋੜ ਹੈ, ਕਿਉਂਕਿ ਕੰਮ ਤਾਂ ਜਿਹੜੀ ਆ ਪ੍ਰੈਸੀ ਆ ਨਿਲ ਉੱਧਰੋਂ ਹੋਣੀਆਂ, ਨਾ ਕਿ ਸਾਡੇ ਵੱਲ। ਬਾਥਰੂਮ ਦਾ ਹੈਗਾ ਜੀ ਪਾਣੀ ਦਾ, ਪਿਛਲੇ 6 ਸਾਲਾਂ ਤੋਂ 2016 'ਚ ਸੇਵਾ ਕੇਂਦਰ ਖੁੱਲ੍ਹੇ ਸੀ, ਅੱਜ ਤੱਕ ਉਰੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੋਇਆ ਜੀ। ਪਾਣੀ ਮਤਲਬ ਅਸੀਂ ਵੀ ਆਪਦਾ ਬੋਤਲਾਂ 'ਚ ਲੈ ਕੇ ਆਉਂਦੇ ਹਾਂ, ਲੋਕ ਨੇ ਜੀ, ਲੋਕ ਤਾਂ ਇੱਥੇ ਆਂਢੀਆਂ ਗੁਆਂਢੀਆਂ ਦੇ ਪਾਣੀ ਪੀਂਦੇ ਨੇ ਜੀ। ਹਾਂਜੀ ਹਾਂ, ਅਸੀਂ ਤਹਿਸੀਲਦਾਰ ਸਾਹਿਬ ਨੂੰ ਵੀ, ਡੀ ਸੀ ਸਾਹਿਬ ਨੂੰ ਵੀ, ਜਿਹੜਾ ਰਿਟਰਨ 'ਚ ਵੀ ਇਸ ਵਾਰ ਮੰਗ ਪੱਤਰ ਦਿੱਤਾ ਹੋਇਆ ਸਾਡਾ, ਉਹਨੂੰ ਵੀ ਮੰਨ ਕੇ ਚਲੋ ਵੀ ਮਹੀਨੇ ਦੇ ਕਰੀਬ ਹੋਣ ਵਾਲਾ ਟਾਈਮ, ਹਜੇ ਤੱਕ ਜਿਹੜਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋਇਆ, ਨਾ ਹੀ ਇੱਥੇ ਮਤਲਬ ਤੁਸੀਂ ਦੇਖੋ ਵੀ ਇੱਥੇ ਜਿਹੜੀਆਂ ਨੇ ਬੈਠਣ ਵਾਸਤੇ 5 ਚੇਅਰਾਂ ਹੀ ਨੇ ਜੀ, ਵੇਟਿੰਗ ਚੇਅਰ। ਉਸ ਤੋਂ ਬਾਅਦ ਮਤਲਬ ਉਹਦੇ ਕਿੰਨੇ ਜਾਣੇ ਬੈਠ ਜਾਂਦੇ ਆ, 20 ਜਾਣੇ ਹੀ ਬੈਠ ਸਕਦੇ ਆ ਜੀ, ਠੀਕ ਆ। ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹ ਬਾਹਰ ਧੁੱਪੇ ਖੜਦੇ ਆ ਜਾਂ ਕੁਛ ਹੋਰ, ਅਤੇ ਜਿਹੜੇ ਲੋਕ ਆਉਂਦੇ ਆ ਨਾ ਤਾਂ ਧੁੱਪ ਗਰਮੀ ਹੋਣ ਕਰਕੇ ਨਾ ਤਾਂ ਕੋਈ ਪਾਣੀ ਦਾ ਪ੍ਰਬੰਧ ਆ, ਨਾ ਉਹਨਾਂ ਨੂੰ ਬੈਠਣ ਦਾ ਪ੍ਰਬੰਧ ਆ। ਹਾਂਜੀ ਲੋਕ ਮਤਲਬ ਲੋਕਾਂ ਨੂੰ ਤਾਂ ਇਹ ਹੁੰਦਾ ਵੀ ਸਾਰਾ ਕੰਮ ਸੇਵਾ ਕੇਂਦਰਾਂ 'ਚ ਹੀ ਹੋਣਾ ਗਾ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਸੇਵਾ ਕੇਂਦਰਾਂ ਵਿੱਚ ਜਿਹੜੀ ਆ ਫਾਈਲ ਇਕੱਲੀ ਪ੍ਰੋਸੈਸ ਹੁੰਦੀ ਆ ਜੀ, ਠੀਕ ਆ। ਉਹ ਜਿਹੜੀ ਪੈਨੈਸੀ ਆ ਉਹ ਡਿਪਾਰਟਮੈਂਟ ਨੇ ਕਲੀਅਰ ਕਰਨੀ ਆ, ਕੋਈ ਵੀ ਮੰਨ ਲਓ ਸਰਟੀਫਿਕੇਟ ਕਰਨ ਅਪਲਾਈ ਕਰਨ ਵਾਸਤੇ ਆਉਂਦਾ, ਅਸੀਂ ਸਿਰਫ ਉਹਨੂੰ ਜਿਹੜਾ ਗਾ ਡਿਪਾਰਟਮੈਂਟ ਕੋਲ ਭੇਜਣਾ। ਅਸੀਂ ਤਾਂ ਇਹੀ ਕਹਿਣੇ ਚਾਹੁੰਦੇ ਹਾਂ ਵੀ ਜੇ ਮਤਲਬ ਸੇਵਾ ਕੇਂਦਰ ਨੂੰ ਪ੍ਰੋਪਰ ਤੁਸੀਂ ਕਹਿੰਦੇ ਵੀ ਢੰਗ ਨਾਲ ਚੱਲਣ, ਤਾਂ ਜਿਹੜਾ ਗਾ ਵਰਕਿੰਗ ਜਿਹੜਾ ਗਾ ਜਿਵੇਂ ਕਿ ਪਹਿਲਾਂ 6 ਦਿਨ ਚੱਲ ਰਹੇ ਨੇ, ਬਾਕੀ ਡਿਪਾਰਟਮੈਂਟ 5 ਦਿਨ ਚੱਲਦੇ ਆ ਜੀ, 5 ਦਿਨਾਂ ਦੇ ਵਿੱਚ ਵੀ ਜੇਕਰ ਪ੍ਰੋਪਰ ਹੋਵੇ ਕੰਮ, ਠੀਕ ਆ, ਪੈਨੈਸੀ ਆ ਜਿਹੜੀ ਸਰਕਾਰ ਮਤਲਬ ਦਫ਼ਤਰਾਂ ਦੇ ਵਿੱਚੋਂ ਨਿਲ ਹੋਵੇ, ਤਾਂ ਪ੍ਰੋਪਰ ਕੰਮ ਚੱਲ ਸਕੂਗਾ ਜੀ। ਉਹ ਤਾਂ ਬਿਲਕੁਲ, ਉਹਦੇ ਨਾਲ ਕੀ ਆ ਜੀ, ਨਾਲੇ ਤਾਂ ਜਿਹੜੇ ਇਹ ਰੁਜ਼ਗਾਰ ਦੇਣ ਦੇ ਵਾਅਦੇ ਕਰਦੇ ਆ ਉਹ ਪੂਰੇ ਹੋ ਸਕਣਗੇ, ਨਾਲੇ ਜਿਹੜੀ ਲੋਕਾਂ ਦੀ ਖੱਜਲ ਖੁਆਰੀ ਆ ਉਹ ਜਿਹੜੀ ਹੈਗੀ ਹਟੂਗੀ, ਕਿਉਂਕਿ ਹੁਣ ਲੋਕ ਜਿਹੜੇ ਨੇ 20-20 ਕਿਲੋਮੀਟਰ ਤੋਂ ਚੱਲ ਕੇ ਆਉਂਦੇ ਆ ਜੀ। ਇੱਥੇ ਫਿਰ ਕੀ ਆ, ਇੱਥੇ ਹੁਣ ਮੰਨ ਲਓ 1 ਜਣਾ ਜਿਹੜਾ 20 ਤੋਂ ਲੈ ਕੇ 30 ਐਂਟਰੀਆਂ ਕਰ ਸਕਦਾ ਜੀ, ਸਾਡੇ ਕੋਲੇ 4 ਕਾਊਂਟਰ ਚੱਲਦੇ ਨੇ, ਐਂ ਮੰਨ ਕੇ ਚਲੋ 100 ਜਣੇ ਦਾ ਜਿਹੜਾ ਕੰਮ ਡੇਲੀ ਹੁੰਦਾ ਜੀ। ਉਸ ਤੋਂ ਜਿਹੜੇ ਬਾਅਦ ਵਾਲੇ ਆਉਂਦੇ ਆ ਉਹਨਾਂ ਨੂੰ ਫਿਰ ਮੁੜ ਕੇ ਜਾਣਾ ਪੈਂਦਾ ਜੀ। ਨਹੀਂ ਜੀ, ਉਹਦੇ ਵਿੱਚ ਕੀ ਆ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਜੀ, ਮੰਨ ਲਓ ਕਿਸੇ ਨੇ ਕਿਸੇ ਦਾ ਕੋਈ ਪਟਵਾਰੀ ਦੀ ਰਿਪੋਰਟ ਮੰਨ ਲਓ ਕਰਾਉਣੀ ਆ, ਕਿਉਂਕਿ ਉੱਧਰ ਤਾਂ ਦਫ਼ਤਰਾਂ 'ਚ ਛੁੱਟੀ ਆ ਜੀ, ਨਾ ਤਾਂ ਉਹਨਾਂ ਦੀ ਪਟਵਾਰੀ ਦੀ ਰਿਪੋਰਟ ਹੋਣੀ ਆ, ਮੰਨ ਲਓ ਕੋਈ ਆ ਗਿਆ ਆਪਣੇ ਕੋਲੇ ਉਹਦੀ ਕੋਈ ਗਲਤੀ ਰਹਿ ਗਈ,
ਮੰਨ ਲਓ ਬੈਂਕ ਦੀ ਕਾਪੀ ਤੇ ਉਹਦਾ ISSC ਕੋਡ ਵਗੈਰਾ ਨਹੀਂ ਪਿਆ ਹੋਇਆ, ਉਹ ਬੰਦੇ ਨੂੰ ਆਪਾਂ ਕਹਿਤਾ ਵੀ ਉਹਦੇ ਜਿਹੜਾ ਮੋਹਰ ਲਵਾ ਕੇ ਲੈ ਕੇ ਆਓ, ਉਧਰ ਬੈਂਕਾਂ ਬੰਦ ਹੋਣ ਕਰਕੇ ਉਹ ਜਿਹੜਾ ਬੰਦਾ ਆਪਣੇ ਕੋਲੋਂ ਮੁੜ ਕੇ ਜਾਊਗਾ, ਇੱਕ ਤਾਂ ਉਹਦਾ ਇੱਕ ਤਾਂ ਹਾਂਜੀ ਨਹੀਂ ਸਾਡੇ ਕੋਲ ਜੀ ਮੰਨ ਲਓ 300 ਜਿਹੜੀਆਂ 52 32 ਸਰਵਿਸਾਂ ਜਿਹੜੀਆਂ ਨੇ ਚੱਲ ਰਹੀਆਂ ਨੇ, 28 ਤੋਂ 29 ਜਿਹੜੇ ਡਿਪਾਰਟਮੈਂਟ ਨੇ ਸਾਡੇ ਨਾਲ ਲਿੰਕ ਨੇ ਜੀ, ਜੇ ਮੰਨ ਲਓ ਉਹ ਡਿਪਾਰਟਮੈਂਟ ਵੀ ਖੁੱਲਦੇ ਨੇ ਤਾਂ ਜਿਹੜੀ ਆ ਸਰਵਿਸ ਆ ਜਿਹੜੀ ਨਿਰਵਿਘਨ ਜਿਹੜੀ ਆ ਲੋਕਾਂ ਨੂੰ ਮਿਲ ਸਕੂਗੀ, ਕਿਉਂਕਿ ਇੱਕ ਪਾਸੇ ਤਾਂ ਫਾਈਲਾਂ ਜਿਹੜੀਆਂ ਨੇ ਪ੍ਰੋਸੈਸ ਹੋ ਜਾਂਦੀਆਂ ਨੇ, ਉਹਦੇ ਨਾਲ ਕੀ ਆ ਸਰਕਾਰੀ ਡਿਪਾਰਟਮੈਂਟਾਂ ਤੇ ਵੀ ਬੋਝ ਵੱਧਦਾ ਗਾ ਜੀ, ਉਧਰ ਫਿਰ ਉਹ ਮੰਨ ਲਓ ਜਿਹੜਾ ਪ੍ਰੋਪਰ ਨਹੀਂ ਹੁੰਦਾ ਜੀ ਕੰਮ ਉਧਰ, ਕਿਉਂਕਿ ਜ਼ਿਆਦਾ ਕੰਮ ਹੁੰਦਾ ਉੱਪਰੋਂ ਪਲੈਂਸੀ ਦਾ ਜਿਹੜਾ ਸਰਕਾਰ ਵੱਲੋਂ ਜਿਹੜਾ ਬੋਝ ਪਾਇਆ ਜਾਂਦਾ ਵੀ ਪਲੈਂਸੀ ਨਿਲ ਕਰੋ ਨਿਲ ਕਰੋ, ਫਿਰ ਉਹਦੇ ਚੱਕਰ 'ਚ ਕਿਤੇ ਨਾ ਕਿਤੇ ਮੰਨ ਲਓ ਗਲਤੀ ਹੁੰਦੀ ਆ ਜੀ। ਹਾਂਜੀ ਬਿਲਕੁਲ, ਕਿਉਂਕਿ ਇਹ ਮੰਗ ਵੀ ਕਰਦੇ ਹਾਂ ਉੱਪਰ ਦੀ, ਅਸੀਂ ਇਹ ਵੀ ਕਹਿੰਦੇ ਹਾਂ ਇੱਕ ਪਾਸੇ ਤਾਂ ਅਸੀਂ 8000 ਰੁਪਏ ਤੇ ਬੈਠ ਕੇ 7 ਦਿਨ ਕੰਮ ਕਰਨ ਵਾਸਤੇ ਤੁਸੀਂ ਸਾਨੂੰ ਫਰਮਾਨ ਕਰਤਾ ਜੀ, ਜਿਹੜੇ 80-80 ਹਜ਼ਾਰ ਰੁਪਇਆ ਲੈਂਦੇ ਨੇ ਉਹ ਹਫ਼ਤੇ 'ਚ 5 ਦਿਨ ਹੀ ਕੰਮ ਕਰਦੇ ਨੇ, ਕੀ ਅਸੀਂ ਕੀ ਇਨਸਾਨ ਨਹੀਂ ਹੈਗੇ ਜੀ, ਸਾਡੇ ਪਰਿਵਾਰ ਨਹੀਂ ਹੈਗੇ, ਅਸੀਂ ਆਪਦੇ ਪਰਿਵਾਰ ਨੂੰ ਟਾਈਮ ਨਹੀਂ ਦੇਣਾ, ਇਹ ਚੀਜ਼ ਵੱਲ ਜਿਹੜੀ ਆ ਸਰਕਾਰ ਨੂੰ ਗੌਰ ਕਰਨ ਦੀ ਜ਼ਰੂਰਤ ਆ ਜੀ। ਅਸੀਂ ਤਾਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਮਾਨ ਸਰਕਾਰ ਨੇ ਮੰਨ ਲਓ ਵਾਅਦੇ ਕੀਤੇ ਸੀ ਲੋਕਾਂ ਵਾਸਤੇ ਜਾਂ ਮੁਲਾਜ਼ਮਾਂ ਵਾਸਤੇ, ਉਹ ਸਰਕਾਰ ਨੂੰ ਜਿਹੜੇ ਨੇ ਪੂਰੇ ਕਰਨੇ ਚਾਹੀਦੇ ਆ, ਇਹ ਨਹੀਂ ਹੈਗਾ ਵੀ ਤੁਸੀਂ ਸੇਵਾ ਕੇਂਦਰ ਖੋਲਤੇ ਵੀ ਲੋਕਾਂ ਨੂੰ ਸੇਵਾ ਲੋਕਾਂ ਦਾ ਜਿਹੜਾ ਖੱਜਲ ਖੁਆਰੀ ਘੱਟ ਜਾਓ, ਪਰ ਨਹੀਂ ਜਿਹੜੀ ਅਸਲ ਖੱਜਲ ਖੁਆਰੀ ਆ ਉਹਦੇ ਵੱਲ ਜਿਹੜੀ ਆ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਜੀ। ਮੇਰਾ ਨਾਮ ਸੁਰਿੰਦਰ ਕੌਰ ਹੈ, ਮੈਂ ਰਾਜਪੁਰ ਰੋਡ ਮੇਰੇ ਕੋਲ ਨੇ ਜੀ, ਮੇਰਾ ਪਿੰਡ ਰਾਜੂਮਾਰ ਹੈ, ਧੂਰੀ ਤੋਂ 10 ਕਿਲੋਮੀਟਰ ਅੱਗੇ ਹੈ, ਮੈਨੂੰ ਇਹ ਸੈਂਟਰ 35 ਕਿਲੋਮੀਟਰ ਪੈਂਦਾ ਜੀ, ਮੈਂ ਬੱਸ ਤੇ ਆਉਂਦੀ ਹਾਂ, ਹੁਣ ਜਿਹੜਾ ਟਾਈਮ ਚੇਂਜ ਹੋਇਆ ਉਹਦੇ ਕਾਰਨ ਮੈਨੂੰ ਘਰੋਂ 7:45 ਤੁਰਨਾ ਪੈਂਦਾ ਤੇ ਮੇਰੇ ਪਿੰਡ ਵਾਲੀ ਬੱਸ 9 ਵਜੇ ਆਉਂਦੀ ਹੈ ਸਰ, 9 ਵਜੇ ਫਿਰ ਮੈਨੂੰ ਬ੍ਰਦਰ ਛੱਡ ਕੇ ਜਾਂਦੇ ਆ 7:45 ਧੂਰੀ, ਤੇ ਉਸ ਤੋਂ ਬਾਅਦ ਫਿਰ ਮੈਂ ਬੱਸ ਲੈ ਕੇ ਇੱਥੇ ਆਉਂਦੀ ਹਾਂ, ਇੱਥੋਂ ਮੈਨੂੰ ਫਿਰ ਆਟੋ ਲੈਣਾ ਪੈਂਦਾ ਜੀ। ਹਾਂਜੀ ਉਹਨਾਂ ਨੂੰ ਵੀ ਸਵੇਰੇ ਸਵੇਰੇ ਮੈਂ ਉਹਨਾਂ ਨੇ ਵੀ ਕੰਮ ਤੇ ਜਾਣਾ ਹੁੰਦਾ ਤੇ ਮੈਨੂੰ ਛੱਡ ਕੇ ਵੀ ਜਾਣਾ ਪੈਂਦਾ ਉਹਨਾਂ ਨੂੰ, ਸ਼ਾਮ ਨੂੰ ਮੈਂ ਧੂਰੀ 2 ਘੰਟੇ ਮੈਨੂੰ ਵੇਟ ਕਰਨੀ ਪੈਂਦੀ ਹੈ ਜੀ ਜਾ ਕੇ, ਫਿਰ ਕਿਤੇ ਮੇਰੀ ਪਿੰਡ ਵਾਲੀ ਬੱਸ ਆਉਂਦੀ ਹੈ, ਫਿਰ ਮੈਂ 7 ਵਜੇ ਪਹੁੰਚਦੀ ਹਾਂ ਘਰੇ। ਸਰਕਾਰ ਨੂੰ ਇਹ ਵੀ ਕੰਮ ਵੀ ਸਾਨੂੰ ਵੀ ਟਾਈਮਿੰਗ ਹੈ ਜਿਹੜੀ ਉਹ 9 ਤੋਂ 5 ਕੀਤੀ ਜਾਵੇ ਸਾਡੀ। ਹਾਂਜੀ ਜਿਵੇਂ ਮੈਨੂੰ ਧੂਰੀ 10 ਕਿਲੋਮੀਟਰ ਪੈਂਦਾ ਮੈਨੂੰ ਬਹੁਤ ਜ਼ਿਆਦਾ ਸੌਖਾ ਵੀ ਹੋ ਜਾਊਗਾ, ਸਾਡੀਆਂ ਬਲਦੀਆਂ ਨੇੜੇ ਕੀਤੀਆਂ ਜਾਣ। ਮੈਂ ਐਲ ਆ ਰਿਹਾ ਜੀ ਸੰਗਰੂਰ ਡਿਸਟ੍ਰਿਕਟ ਮਲੇਰਕੋਟਲਾ ਡਿਸਟ੍ਰਿਕਟ, 2 ਡਿਸਟ੍ਰਿਕਟ ਨੇ ਜੀ ਮੇਰੇ ਕੋਲ, ਕਰੀਬ ਅਹਿਮਦਗੜ੍ਹ ਤੋਂ ਲੈ ਕੇ ਖਨੌਰੀ ਤੱਕ 18 ਸੈਂਟਰ ਨੇ ਜੀ ਮੇਰੇ ਕੋਲ, ਉਹ 18 ਸੈਂਟਰਾਂ ਦੇ ਵਿੱਚ ਮੈਂ ਇਕੱਲਾ ਬੰਦਾ ਇਸ ਟਾਈਮ ਡਿਊਟੀ ਕਰ ਰਿਹਾ, ਐਲ ਆਰ ਜਾਣੀ ਕਿ ਜਿਹੜੇ ਸਕਿਉਰਟੀ ਗਾਰਡ ਛੁੱਟੀ ਦੇ ਜਾਂਦੇ ਆ ਉਹਨਾਂ ਦੀ ਛੁੱਟੀ ਕਟਾਉਣ ਵਾਸਤੇ ਜਾਂਦਾ ਮੈਂ, ਹੁਣ ਜਿਸ ਤਰ੍ਹਾਂ ਕਿ ਗੌਰਮੈਂਟ ਨੇ ਹੁਣ ਨਵਾਂ ਟਾਈਮ ਟੇਬਲ ਬਣਤਾ ਵੀ 8 ਵਜੇ ਤੋਂ ਲੈ ਕੇ 6 ਵਜੇ ਤੱਕ ਡਿਊਟੀ ਕਰਨੀ ਹੈ ਜੀ, ਹੁਣ ਸੁਨਾਮ ਤੋਂ ਇੱਕ ਬੰਦਾ ਸਵੇਰੇ ਚੱਲ ਕੇ ਉਰੇ 8 ਵਜੇ ਤੱਕ ਮੁਸ਼ਕਿਲ ਆ ਪਹੁੰਚਣਾ ਜੀ, ਕਰੀਬ ਅਸੀਂ ਜਿੰਨੇ ਵੀ ਸੇਵਾ ਕੇਂਦਰ ਦੇ ਵਿੱਚ ਇਸ ਟਾਈਮ ਮੁਲਾਜ਼ਮ ਨੌਕਰੀ ਕਰ ਰਹੇ ਹਾਂ, ਕਰੀਬ ਸਾਰੇ ਖੇਤੀ ਦੇ ਕਿੱਤੇ ਨਾਲ ਜਾਂ ਪਸ਼ੂ ਭਾਗ ਕਿੱਤੇ ਨਾਲ ਜਾਣੀ ਰਿਲੇਟਡ ਨੇ ਸਾਰੇ, ਜ਼ਿਮੀਂਦਾਰਾਂ ਦੇ ਮੁੰਡੇ ਨੇ, ਘਰੇ ਅਸੀਂ ਆਪਦੇ ਪਸ਼ੂ ਡੰਗਰ ਵੀ ਰੱਖੇ ਹੋਏ ਆ, ਉਹ ਪੱਠਾ ਦਿੱਤਾ ਵੀ ਕਰਾਂਗੇ, ਫਿਰ ਮੰਨ ਲਓ ਜਲਦਬਾਜ਼ੀ ਕਰਾਂਗੇ, ਜਲਦਬਾਜ਼ੀ ਬੰਦੇ ਦਾ ਜਲਦੀ ਪਹੁੰਚਣ ਆ ਜਾਏ, ਰਸਤੇ ਕੋਈ ਐਕਸੀਡੈਂਟ ਹੋ ਜਾਏ ਹਾਦਸਾ ਹੋ ਜਾਏ, ਇਹ ਤੁਹਾਡਾ ਮੰਨ ਲਓ ਜਿਹੜੀ ਹੁਣ ਸਾਡੀ ਸੈਲਰੀ ਆ ਹੁੰਦੀ ਹੈ ਉਹਦੇ ਵਿੱਚ ਸਾਡਾ ECI ਕਾਰਡ ਵੀ ਇੱਕ ਬਣਦੇ ਆ ਗੌਰਮੈਂਟ ਵੱਲੋਂ ਜਿਹਦਾ ਸਾਡਾ ਫੰਡ ਕੱਢਦੇ ਆ, ਪਰ ਇਹਦਾ ਕਿਸੇ ਨੂੰ ਕਾਰਡ ਨਹੀਂ ਦਿੱਤਾ ਹੋਇਆ, ਨਾ ਕਿਸੇ ਦਾ ਕੋਈ ਬੀਮਾ ਆ ਇੰਸ਼ੋਰੈਂਸ ਆ ਕੁਝ ਨਹੀਂ ਹੈਗਾ, ਇਹ ਸਿਰਫ ਅਸੀਂ ਜਿੱਥੇ ਵੀ ਆਪਦੇ ਜਾਂਦੇ ਹਾਂ ਆਪਦੇ ਰਿਸਕ ਤੇ ਜਾਂਦੇ ਹਾਂ, ਡਿਪਾਰਟਮੈਂਟ ਵੱਲੋਂ ਸਾਨੂੰ ਕੋਈ ਸੁਵਿਧਾ ਨਹੀਂ ਹੈਗੀ, ਜੇ ਕੋਈ ਮੁੰਡੇ ਕੁੜੀਆਂ ਇਹਦੇ ਵਿੱਚ ਐਸੇ ਬੈਠੇ ਹੋਏ ਆ ਜਿਹੜੇ ਕੋਈ 20 ਕਿਲੋਮੀਟਰ ਤੋਂ ਆ ਰਿਹਾ, ਕੋਈ 30 ਤੋਂ ਆ ਰਿਹਾ, ਮੇਨ ਮੁੱਦਾ ਤਾਂ ਇਹੋ ਹੀ ਤਨਖਾਹ ਦੇ ਹਿਸਾਬ ਦੇ ਨਾਲ ਜਿਹੜਾ ਕੋਈ ਮੁਲਾਜ਼ਮ ਆ ਉਹਨੂੰ ਕਰੀਬ ਕਰੀਬ ਆਪਣੇ ਘਰਾਂ ਦੇ ਕੋਲ ਹੀ ਲਾਉਣਾ ਚਾਹੀਦਾ, ਸਰਕਾਰ ਤੋਂ ਮਾਨ ਸਾਹਿਬ ਤੋਂ ਤੁਹਾਡੀ ਹੱਥ ਜੋੜ ਕੇ ਉਹ ਬੇਨਤੀ ਹੈ ਵੀ ਇੱਕ ਤਾਂ ਜਿਹੜੀਆਂ ਕੰਪਨੀਆਂ ਨੂੰ ਠੇਕਾ ਦਿੱਤਾ ਹੋਇਆ ਇਹ ਕੰਪਨੀਆਂ ਦਾ ਠੇਕਾ ਖਤਮ ਹੋਣਾ ਚਾਹੀਦਾ ਜੀ, ਸਭ ਤੋਂ ਵੱਡਾ ਮੰਨ ਲਓ ਇਹਨਾਂ ਨੂੰ ਸੇਵਾ ਕੇਂਦਰ, ਮੈਂ ਇਹ ਨਹੀਂ ਕਹਿੰਦਾ ਇਕੱਲੇ ਸੇਵਾ ਕੇਂਦਰ, ਕੋਈ ਵੀ ਮੁਲਾਜ਼ਮ ਕਿਸੇ ਵੀ ਵਿਭਾਗ ਦਾ ਮੁਲਾਜ਼ਮ ਜਿਹੜਾ ਠੇਕੇ ਤੇ ਇਸ ਟਾਈਮ ਡਿਊਟੀ ਕਰ ਨੌਕਰੀ ਕਰ ਰਿਹਾ ਉਹਨਾਂ ਨੂੰ ਰੈਗੂਲਰ ਕਰਨਾ ਜ਼ਰੂਰੀ ਹੈ, ਜੇ 20 ਬੰਦਿਆਂ ਦੀ ਜਗ੍ਹਾ ਤੁਸੀਂ 10 ਬੰਦਿਆਂ ਨੂੰ ਨੌਕਰੀ ਦਿਓਗੇ ਉਹ 10 ਬੰਦੇ ਦਾ ਕਰੀਬ ਵਧੀਆ ਰੋਟੀ ਖਾ ਸਕਦੇ ਨੇ ਜੀ, ਉਹਨਾਂ ਦੀ ਜ਼ਿੰਦਗੀ ਵਧੀਆ ਚੱਲ ਸਕਦੀ ਹੈ, ਇਸ ਵਾਸਤੇ ਮੇਰੀ ਭਗਵੰਤ ਮਾਨ ਜੀ ਨੂੰ
ਮੁੱਖ ਮੰਤਰੀ ਪੰਜਾਬ ਸੀਐਮ ਸਾਹਿਬ ਨੂੰ ਇਹ ਬੇਨਤੀ ਹੈ ਕਿ ਜਿੰਨੇ ਵੀ ਡਿਪਾਰਟਮੈਂਟਾਂ ਦੇ ਵਿੱਚ ਇਸ ਟਾਈਮ ਠੇਕੇ ਦੇ ਮੁਲਾਜ਼ਮ ਰੱਖੇ ਹੋਏ ਆ, ਮਿਹਰਬਾਨੀ ਕਰਕੇ ਉਹਨਾਂ ਵੱਲ ਧਿਆਨ ਦਿੱਤਾ ਜਾਏ। ਪੰਜਾਬ ਦੀ ਜਨਤਾ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ, ਖਾਸ ਤੌਰ ਤੇ ਸਾਡੇ ਮੁਲਾਜ਼ਮ ਵਰਗ ਨੂੰ ਔਰ ਜਿਹੜਾ ਕੱਚਾ ਮੁਲਾਜ਼ਮ ਵਰਗ ਆ ਉਹਨਾਂ ਨੂੰ। ਇਸ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੀ ਸਾਡਾ ਕੋਈ ਨਾ ਕੋਈ ਸੋਚਿਆ ਜਾਏ। ਸਭ ਤੋਂ ਪਹਿਲੇ ਮੇਨ ਮੁੱਦਾ ਇਹ ਆ ਕਿ ਕੰਪਨੀਆਂ ਨਾਲ ਕਿਸੇ ਵੀ ਕੰਪਨੀ ਨਾਲ ਠੇਕਾ ਨਾ ਕੀਤਾ ਜਾਵੇ। ਸੇਵਾ ਕੇਂਦਰ ਪੰਜਾਬ ਦਾ ਸਭ ਤੋਂ ਵੱਡਾ ਕਮਾਊ ਪੁੱਤ ਆ ਜੀ, ਸਭ ਤੋਂ ਵੱਡਾ ਕਮਾਊ ਪੁੱਤ ਪੰਜਾਬ ਦਾ ਸੇਵਾ ਕੇਂਦਰ ਆ। ਸੇਵਾ ਕੇਂਦਰ ਜਿੰਨੀ ਕਮਾਈ ਗੌਰਮੈਂਟ ਨੂੰ ਕਮਾਈ ਜਾ ਰਹੀ ਕੋਈ ਵੀ ਵਿਭਾਗ ਨਹੀਂ ਦੇ ਰਿਹਾ। ਇਸ ਵਾਸਤੇ ਬੇਨਤੀ ਹੈ ਕਿ ਸੇਵਾ ਕੇਂਦਰ ਤਾਂ ਵਿੱਚ ਰੱਖ ਕੇ ਸਾਰੇ ਜਿੰਨਾ ਵੀ ਮੁਲਾਜ਼ਮ ਵਰਗ ਕੱਚਾ ਵਰਗ ਆ ਸਭ ਦੇ ਬਾਰੇ ਸੋਚਿਆ ਜਾਏ। ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ ਜੀ, ਜਿਹੜੇ ਸੇਵਾ ਕੇਂਦਰ ਬੰਦ ਪਏ ਨੇ ਉਹ ਵੀ ਖੋਲੇ ਜਾਣ। ਇਕੱਲੇ ਸਾਨੂੰ ਇਹਦੇ ਵਿੱਚ ਸਾਨੂੰ ਦਿੱਕਤ ਨਹੀਂ ਹੈਗੀ ਜੀ, ਪਬਲਿਕ ਨੂੰ ਬਹੁਤ ਦਿੱਕਤ ਆ, ਸਾਢੇ 300 ਸੰਸਥਾ ਨੇ ਜੀ ਇੱਥੇ ਸੇਵਾ ਕੇਂਦਰ ਦੇ ਵਿੱਚ। ਹੁਣ ਇੱਕ ਦਿਨ ਦੇ ਵਿੱਚ ਉਹਦੇ ਜੇ 200 ਬੰਦਾ ਆ ਜਾਊ, 200 ਬੰਦੇ ਦਾ ਕੰਮ ਨਹੀਂ ਹੋ ਸਕਦਾ, ਇਹਦਾ ਮੁਸ਼ਕਿਲ ਆ। ਉਹ ਤਾਂ ਦੇਖੋ ਜੀ ਸਰਕਾਰ ਦਾ ਆਪਦਾ ਨਿੱਜੀ ਮੈਟਰ ਆ ਜੀ, ਪਰ ਸਾਡੀ ਤਾਂ ਮੇਨ ਮੰਗ ਤਾਂ ਇਹੋ ਜੀ। ਹੁਣ 6-6 ਸਾਲ ਹੋ ਗਏ ਜੀ ਇੱਧਰ ਲੱਗਿਆ ਹੋਇਆ ਨੂੰ, 6 ਸਾਲ ਦਾ ਟਾਈਮ ਹੋ ਗਿਆ ਜੀ। ਹੁਣ ਸਾਡੇ ਬਾਰੇ ਵੀ ਕੁਝ ਸੋਚਿਆ ਜਾਏ, ਜਿੰਨੀਆਂ ਸਾਡੀਆਂ ਸੈਲਰੀਆਂ ਨੇ ਇੰਨੀ ਸੈਲਰੀ ਦੇ ਵਿੱਚ ਮਸਾਂ ਤੇਲ ਖਰਚਾ ਨਿਕਲਦਾ ਜੀ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਮੈਂ ਇੱਥੇ ਕੰਪਿਊਟਰ ਆਪਰੇਟਰ ਦੇ ਤੌਰ 'ਤੇ ਕੰਮ ਕਰਦਾ ਜੀ, ਅਤੇ ਮੈਂ ਇਹ ਦੱਸਣਾ ਚਾਹੁੰਦਾ ਜੀ, ਅਸੀਂ ਪਿਛਲੇ 2016 ਤੋਂ ਜਿਹੜਾ ਸੇਵਾ ਕੇਂਦਰ ਦਾ ਪ੍ਰੋਜੈਕਟ ਆਇਆ ਹੈ ਜੀ, 2016 ਤੋਂ ਅਸੀਂ ਇੱਥੇ ਕੰਮ ਕਰ ਰਹੇ ਹਾਂਗੇ, ਅਤੇ ਜਿਹੜੀਆਂ ਸਾਡੀਆਂ ਤਨਖਾਹਾਂ ਨੇ ਜੀ 7508,82,000 ਇੰਨੀ ਚੱਲੀਆਂ ਰਹੇ, ਜਦੋਂ ਦੇ ਸੇਵਾ ਕੇਂਦਰ ਖੁੱਲ੍ਹੇ ਨੇ ਸਾਡੀ ਤਨਖਾਹ ਦੇ ਵਿੱਚ 5 ਪੈਸੇ ਵੀ ਵਾਧਾ ਨਹੀਂ ਹੋਇਆ ਹੈਗਾ ਜੀ, ਅਤੇ ਜਿਹੜੇ ਉਦੋਂ ਤੋਂ ਲੈ ਕੇ ਹੁਣ ਤੱਕ ਪੈਟਰੋਲ ਦੇ ਰੇਟ ਨੇ ਜੀ ਉਹੀ ਦੇ ਲਓ, ਅੱਜ 105 ਰੁਪਏ ਹੋਇਆ ਪਿਆਗਾ ਜੀ, ਉਦੋਂ 60-70 ਰੁਪਏ ਨੂੰ ਸੀਗਾ ਜੀ। ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਪਰ ਸਾਡੀਆਂ ਤਨਖਾਹਾਂ ਵਿੱਚ ਬਿਲਕੁਲ ਵੀ ਵਾਧਾ ਨਹੀਂ ਹੋਇਆ। ਅਤੇ ਦੂਜੇ ਨੰਬਰ 'ਤੇ ਜਿਹੜੀ ਗੱਲ ਹੈ ਜੀ, ਅਸੀਂ ਕੰਮ ਕਰਦੇ ਹਾਂ ਜਿਹੜੀ ਕੰਪਨੀ ਦੇ ਅਧੀਨ ਕੰਮ ਕਰ ਰਹੇ, ਇਹ ਗੌਰਮੈਂਟ ਨੇ ਠੇਕਾ ਦਿੱਤਾ ਹੈਗਾ ਡਾਕਟਰ ਆਈ ਟੀ ਕੰਪਨੀ ਨੂੰ ਜੀ। ਇਹਦੇ ਵਿੱਚ ਕੀ ਹੈ ਜੀ, ਹੁਣ ਜਿੰਨੀਆਂ ਵੀ ਸਾਡੇ ਕੋਲ ਅਸੀਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਜੀ ਲੋਕਾਂ ਨੂੰ, ਸਹੂਲਤਾਂ ਦਿੰਦੇ ਹਾਂ, ਉਹਦੇ ਵਿੱਚ ਜਿਹੜੀ ਸਰਕਾਰੀ ਫੀਸ ਹੈ ਨਾ ਜੀ ਉਹਦਾ ਨਾ ਮਾਤਰਾ ਬਿਲਕੁਲ, ਜਿਹੜੇ ਬਾਕੀ ਪੈਸੇ ਜਾ ਰਹੇ ਨੇ ਫੈਸੀਲੇਸ਼ਨ ਚਾਰਜ ਨੇ ਉਹ ਕੰਪਨੀ ਦੇ ਖਾਤੇ ਵਿੱਚ ਜਾ ਰਹੇ ਨੇ, ਜਿਹੜਾ ਕਿ ਸਰੇਆਮ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਉੱਪਰ ਲੁੱਟਾ ਗਈ ਜੀ। ਮੈਂ ਦੱਸਣਾ ਚਾਹੁੰਦਾ ਜਿਵੇਂ ਕਿ ਆਪਾਂ ਇੱਕ ਰਿਹਾਇਸ਼ੀ ਦਾ ਸਰਟੀਫਿਕੇਟ ਬਣਾਉਂਦੇ ਹਾਂ, ਰੈਜੀਡੈਂਸ ਸਰਟੀਫਿਕੇਟ ਬਣਾਉਂਦੇ ਹਾਂ, ਉਹਦੀ ਸਰਕਾਰੀ ਫੀਸ ਸਿਰਫ 10 ਰੁਪਏ ਆ ਜੀ, 75 ਰੁਪਏ ਆ ਜਿਹੜੀ ਉਹ ਜਾਂਦੀ ਆ ਆਪਣੇ ਕੰਪਨੀ ਦੇ ਖਾਤੇ 'ਚ ਜਾਂਦੇ ਨੇ, 85 ਰੁਪਏ ਫੀਸ ਆ ਜੀ ਉਹਦੀ ਟੋਟਲ, 10 ਰੁਪਏ ਸਰਕਾਰੀ ਫੀਸ ਆ ਜੀ। ਇਸੇ ਤਰ੍ਹਾਂ ਜੇ ਆਪਾਂ ਕੋਈ ਅਸਲਾ ਰਿਨਿਊ ਕਰਦੇ ਹਾਂ ਜੀ, ਉਹਦੇ ਵਿੱਚ 1575 ਰੁਪਏ ਨੇ ਜਿਹੜੇ ਉਹ ਕੰਪਨੀ ਦੇ ਖਾਤੇ ਜਾ ਰਹੇ ਨੇ, ਸਰਕਾਰੀ ਫੀਸ ਆ ਜਿਹੜੀ 2500 ਰੁਪਏ ਜੀ। ਜਦੋਂ ਸੇਵਾ ਕੇਂਦਰ ਖੁੱਲ੍ਹੇ ਸੀ ਨਾ ਜੀ ਫਸਲੇ ਦੀ ਫੀਸ ਸੀ ਜਿਹੜੀ 1900 ਰੁਪਏ ਸੀ, ਅੱਜ ਆ ਜਿਹੜੀ ਉਹ 4500 ਰੁਪਏ ਹੋ ਗਈ, ਮਤਲਬ ਕਿ ਜਿਹੜੀਆਂ ਸੇਵਾਵਾਂ ਨੇ ਉਹਨਾਂ ਦੇ ਵਿੱਚ ਦਹੇ ਵਾਧਾ ਕਰੀ ਜਾਂਦੇ ਨੇ, ਪਰ ਸਾਡੀਆਂ ਤਨਖਾਹਾਂ ਵਿੱਚ ਬਿਲਕੁਲ ਵੀ ਕੋਈ ਵਾਧਾ ਨਹੀਂ ਹੋ ਰਿਹਾ ਜੀ। ਸਰਕਾਰ ਨੂੰ ਬਹੁਤ ਵੱਡਾ ਚੁੰਨਾ ਲੱਗ ਰਿਹਾ ਜੀ, ਹੁਣ ਇੱਕ ਮੈਰਿਜ ਰਜਿਸਟਰਡ ਕਰਦੇ ਹਾਂ ਅਸੀਂ, ਉਹਦੇ ਵਿੱਚ ਕੀ ਹੈ ਜੀ 1450 ਰੁਪਏ ਫੀਸ ਆ, ਉਹ ਸਾਰੀ ਦੀ ਸਾਰੀ ਕੰਪਨੀ ਦੇ ਖਾਤੇ ਜਾ ਰਹੀ ਹੈ ਜੀ। ਬਹੁਤ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਕੰਪਨੀ ਬਹੁਤ ਵੱਡੇ ਪੱਧਰ ਤੇ ਲੁੱਟ ਕਰ ਰਹੀ ਹੈ ਜੀ, ਸਾਡੀ ਤਾਂ ਜੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਕੰਪਨੀ ਨੂੰ ਕੱਢਿਆ ਜਾਵੇ ਤੇ ਸਾਨੂੰ ਡੀਸੀ ਰੇਟ ਤੇ ਜੋ ਵੀ ਡੀਸੀ ਰੇਟ ਅੱਜ ਕੱਲ੍ਹ ਚੱਲ ਆ ਸਾਨੂੰ ਦਿੱਤਾ ਜਾਵੇ, ਜਿੰਨਾ ਵੀ ਸਾਡਾ ਹੱਕ ਬਣਦਾ ਸਾਨੂੰ ਦਿੱਤਾ ਜਾਵੇ ਜੀ, ਤੇ ਸਰਕਾਰ ਤੋਂ ਸਾਨੂੰ ਆਸ ਵੀ ਬਹੁਤ ਆ ਜੀ, ਉਮੀਦ ਕਰਦੇ ਹਾਂ ਵੀ ਮਾਨ ਸਰਕਾਰ ਆ ਜਿਹੜੀ ਸਾਡੇ ਮੁਲਾਜ਼ਮਾਂ ਦੇ ਪੱਖ ਦੇ ਵਿੱਚ ਵੀ ਕੋਈ ਨਾ ਕੋਈ ਆਵਾਜ਼ ਉਠਾਊ ਜ਼ਰੂਰ ਜੀ, ਸਾਨੂੰ ਬਹੁਤ ਉਮੀਦ ਆ। ਮੇਰਾ ਨਾਮ ਮੁਹੰਮਦ ਸ਼ਮਸ਼ਾਦ ਹੈ ਜੀ, ਮੈਂ ਜੀ ਨਿਜ਼ਾਮਦੀਨ ਬਸਤੀ ਤੋਂ ਭੁੰਸੀ ਰੋਡ ਜੀ, ਤੇ ਅੱਜ ਮੈਂ ਖੜਾ ਮਦੀਨਾ ਬਸਤੀ ਸੁਵਿਧਾ ਕੇਂਦਰ ਦੇ ਅੰਦਰ ਜੀ, ਇੱਥੇ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਵਾਉਣ ਆਇਆ ਸੀਗਾ, ਇੱਥੋਂ ਮੇਰਾ ਕੰਮ ਕੰਪਲੀਟ ਹੋ ਗਿਆ, ਲੇਕਿਨ ਅੱਜ ਸਰਕਾਰੀ ਛੁੱਟੀਆਂ ਹੋਣ ਕਰਕੇ ਪਟਵਾਰੀ ਸਾਹਿਬ ਨਹੀਂ ਮਿਲ ਰਹੇ, ਅੱਜ ਦੀ ਤਾਂ ਮੇਰੀ ਦਿਹਾੜੀ ਗਈ ਗਈ ਹੈ, ਹੁਣ ਉਸ ਤੋਂ ਬਾਅਦ ਜਦੋਂ ਸਰਕਾਰੀਆਂ ਛੁੱਟੀਆਂ ਖਤਮ ਹੋਣਗੀਆਂ ਉਸ ਤੋਂ ਬਾਅਦ ਪਟਵਾਰੀ ਸਾਹਿਬ ਦੇ ਸਾਈਨ ਹੋਣਗੇ, ਫਿਰ ਇਹਨਾਂ ਕੋਲ ਆਵਾਂਗੇ, ਇਹ ਕੰਮ ਆਪਣਾ ਪ੍ਰੋਪਰ ਕਰ ਰਹੇ ਨੇ, ਲੇਕਿਨ ਬਾਕੀ ਸਰਕਾਰੀ ਦਫ਼ਤਰ ਬੰਦ ਨੇ, ਜਾਂ ਤਾਂ ਸਰਕਾਰੀ ਦਫ਼ਤਰ ਵੀ ਇਹਨਾਂ ਦੇ ਨਾਲ ਖੁੱਲ੍ਹਣ ਤਾਂ ਸੁਵਿਧਾ ਕੇਂਦਰ ਪ੍ਰੋਪਰ ਖੁੱਲ੍ਹਣ ਦਾ ਫਾਇਦਾ ਹੈ, ਜਾਂ ਪ੍ਰੋਪਰ ਇਹ ਤਾਂ ਖੁੱਲ੍ਹ ਰਹੇ ਨੇ ਸਰਕਾਰੀ ਦਫ਼ਤਰ, ਬਾਕੀ ਸਾਰੇ ਬੰਦ ਪਏ ਨੇ, ਸੇਵਾ ਕੇਂਦਰ ਦਾ ਕੋਈ ਫਾਇਦਾ ਨਹੀਂ ਹੈਗਾ, ਇਹ ਤਾਂ ਸਮਾਂ ਕੇ ਉਲਟਾ ਖੱਜਲ ਖੁਆਰੀ ਹੋ ਰਹੀ ਹੈ, ਅੱਜ ਦੀ ਦਿਹਾੜੀ ਗਈ ਇਹ ਲਾਲਚ ਨੂੰ ਆ ਜਾਂਦੇ ਆ ਵੀ ਅੱਜ ਇੱਥੇ ਕੰਮ ਹੋ ਜੂਗਾ, ਲੇਕਿਨ ਕੰਮ ਹੁੰਦਾ ਨਹੀਂ, ਕੰਮ ਹੋਊਗਾ ਉਸ ਤੋਂ ਬਾਅਦ ਜਾ ਕੇ ਜੇ ਕੋਈ ਬੈਂਕ ਦਾ ਫਸ ਗਿਆ ਤਾਂ ਬੈਂਕਾਂ ਵੀ ਸਰਕਾਰੀ ਛੁੱਟੀ ਹੈ, ਸਾਰੇ ਸਰਕਾਰੀ ਕੰਮਾਂ ਦੇ ਨਾਲ ਹੀ ਇਹ ਖੁੱਲ੍ਹਣਾ ਚਾਹੀਦਾ, ਜਾਂ ਫਿਰ ਇਹ ਵੀ ਬੰਦ ਹੋ ਜਾਵੇ। ਮਾਨ ਸਾਹਿਬ ਤੋਂ ਹੀ ਕਹਿੰਦੇ ਆ ਵੀ ਪ੍ਰੋਪਰ ਜਾਂ ਤਾਂ ਇਹਨਾਂ ਬਾਰੇ ਵੀ ਸੋਚਿਆ ਜਾਵੇ ਵੀ ਇਹਨਾਂ ਨੂੰ ਵੀ ਛੁੱਟੀ ਮਿਲਣੀ ਚਾਹੀਦੀ ਹੈ, ਹਰ ਬੰਦੇ ਦਾ ਪਰਿਵਾਰ ਹੈ,
ਇਹਨਾਂ ਨੂੰ ਵੀ ਛੁੱਟੀ ਮਿਲਣੀ ਚਾਹੀਦੀ ਜਾਂ ਸਾਰੇ ਸਰਕਾਰੀ ਦਫ਼ਤਰ ਟੋਟਲੀ ਖੁੱਲ੍ਹਣ, ਜਿਸ ਦਿਨ ਉਹ ਖੁੱਲ੍ਹਣ ਉਸੇ ਦਿਨ ਨਹੀਂ ਖੁੱਲ੍ਹਣ। ਮਾਤਾ ਜੀ ਨਾਮ ਕੀ ਹੈ? ਮੇਰਾ ਸਰੋਜ ਰਾਣੀ ਹੈ। ਅੜਕੀ ਜਾਣਾ ਨਾ, ਜੇ ਹੁਣ ਇੱਥੋਂ ਕੰਮ ਹੋ ਗਿਆ ਜੇ ਉੱਥੋਂ ਵੀ ਹੋ ਜਾਵੇ ਤਾਂ ਸਾਰਾ ਕੰਮ ਅੱਜ ਹੀ ਹੋ ਜਾਂਦਾ। ਤੇ ਲਈ ਆਪਾਂ ਅੜਕ ਦੇ ਵਿੱਚ ਬੈਠ ਦੇ ਲਈ, ਜੇ ਉਧਰੋਂ ਵੀ ਖੁੱਲੇ ਰਹਿਣ ਤੇ ਇਧਰੋਂ ਵੀ ਖੁੱਲੇ ਰਹਿਣ, ਸਾਰੇ ਕੰਮ ਪ੍ਰੋਪਰ ਹੁੰਦੇ ਰਹਿਣ। ਜੇ ਉਹ ਦਫ਼ਤਰ ਨਹੀਂ ਖੁੱਲਦੇ ਤਾਂ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਊਗਾ ਜੀ? ਹਾਂਜੀ ਨਹੀਂ।